ਕਬਜ਼ਾ ਲੈਣ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦਾ ਵੀ ਕਬਜ਼ਾ ਮਤਲਬ ਸੀ ਇਹਨਾਂ ਦੇ ਰਾਹੀਂ ਲਿਆ ਗਿਆ ਸੀ। ਪੰਜਾ ਸਾਹਿਬ ਦਾ ਕਬਜ਼ਾ ਨਹੀਂ ਸੀ ਪਰ ਕਿਉਂਕਿ ਉੱਥੇ ਕਿਉਂਕਿ ਕੋਈ ਹੋਰ ਉੱਥੇ ਜਿਹੜਾ ਅੰਮ੍ਰਿਤਸਰ ਗੁਰਦੁਆਰਾ ਸੀ ਉਹਦੀ ਮੈਨੇਜਮੈਂਟ ਬ੍ਰਿਟਿਸ਼ ਜਿਹੜੇ ਸੀ ਡਾਇਰੈਕਟਲੀ ਕਰ ਰਹੇ ਸੀ ਅਤੇ ਸਰ ਰੂਟ ਸਿੰਘ ਜਿਹੜਾ ਸੀ ਉਸ ਸਰਬਰਾਹ ਸੀ ਉਸ ਵਕਤ ਅਤੇ ਉਹ ਜਿਹੜੇ ਗ੍ਰੰਥੀ ਵਗੈਰਾ ਅਪੁਆਇੰਟ ਕਰਦੇ ਸੀ ਉਹ ਉਹਨਾਂ ਦੀ ਬ੍ਰਿਟਿਸ਼ ਮੈਨੇਜਮੈਂਟ ਹੀ ਕਰਦੀ ਹੁੰਦੀ ਸੀ ਥਰੂ ਸਰਦਾਰ ਰੂਟ ਸਿੰਘ ਜਾਂ ਜਿਹੜਾ ਕਿ ਉਹਨਾਂ ਦਾ ਕੋਈ ਨੁਮਾਇੰਦਾ ਸੀ ਅਤੇ ਇਸ ਲਈ ਉੱਥੇ ਇਹ ਨਹੀਂ ਸੀ ਕਿ ਕਬਜ਼ਾ ਲਿਆ ਗਿਆ ਪਰ ਜਿਹੜੇ ਲੋਕਲ ਮੈਨੇਜਮੈਂਟ ਹੁੰਦੀ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਬਦਲਿਆ ਮਤਲਬ ਬਦਲਿਆ ਪਹਿਲਾਂ ਦਰਬਾਰ ਸਾਹਿਬ ਬਦਲਿਆ ਫਿਰ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦਾ ਵੀ ਬਦਲਿਆ ਜਾਂ ਉਹ ਫਿਰ ਇਸ ਤਰ੍ਹਾਂ ਹੋਇਆ ਕਿ ਵੀ ਇੱਕ ਉੱਥੇ ਜਿਹੜੇ ਲੋਕ ਆ ਸਿੱਖ ਬਣਦੇ ਸੀ ਛੋਟੇ ਪਿਛਲੀਆਂ ਸ਼੍ਰੇਣੀਆਂ ਵਿੱਚ ਮਜ਼੍ਹਬੀ ਸਿੱਖ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇੱਕ ਸਿੱਖ ਬਰਾਦਰੀ ਉਹਦਾ ਔਰਗਨਾਈਜੇਸ਼ਨ ਦਾ ਨਾਂ ਸੀ ਜਿਹੜੀ ਇਹਨਾਂ ਲੋਕਾਂ ਦੀ ਸੀ ਅਤੇ ਉਹ ਫਿਰ ਪ੍ਰਸ਼ਾਦ ਲੈ ਕੇ ਆਏ ਅਤੇ ਉਹਨਾਂ ਦਾ ਪ੍ਰਸ਼ਾਦ ਉੱਥੇ ਹਰਿਮੰਦਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਨਾ ਕਰਤੀ ਗ੍ਰੰਥੀਆਂ ਨੇ ਅਤੇ ਕਿਸੇ ਬਾਪੂ ਜੀ ਆਪਣੇ ਕੁਲੀ ਜਥੇਦਾਰ ਤੇਜਾ ਸਿੰਘ ਪੁੱਚਰ ਦੇ ਨਾਲ ਉੱਥੇ ਅੰਮ੍ਰਿਤਸਰ ਕਿਸੇ ਢਾਬੇ 'ਤੇ ਚਾਹ ਪੀ ਰਿਹਾ ਸੀ ਅਤੇ ਉਹਨੇ ਆ ਕੇ ਕਿਸੇ ਨੇ ਕਿਹਾ ਕਿ ਝੱਬਰ ਸਾਹਿਬ ਉਹ ਦੇਖੋ ਦਰਬਾਰ ਸਾਹਿਬ ਵਿੱਚ ਕੀ ਹੋ ਰਿਹਾ ਅਤੇ ਉੱਥੇ ਪਹੁੰਚੇ ਅਤੇ ਜਦੋਂ ਉਹਨਾਂ ਸਾਰਾ ਦੇਖਿਆ ਅਤੇ ਉਹ ਗ੍ਰੰਥੀ ਵਗੈਰਾ ਜਿਹੜੇ ਸੀ ਉਹ ਨਹੀਂ ਸੀ ਮੰਨਦੇ ਅਤੇ ਉਹਨਾਂ ਨੇ ਕਿਹਾ ਅੱਛਾ ਮੈਂ ਅਰਦਾਸ ਕਰਨਾ ਤੁਸੀਂ ਪ੍ਰਸ਼ਾਦ ਲਿਆਓ ਮੈਂ ਅਰਦਾਸ ਕਰਨਾ ਅਤੇ ਪ੍ਰਸ਼ਾਦ ਸਾਰੀ ਸੰਗਤ ਵਿੱਚ ਵੰਡਿਆ ਜਾਏਗਾ। ਉਸ ਵੇਲੇ ਉੱਥੇ ਖਾਲਸਾ ਕਾਲਜ ਦੇ ਪ੍ਰੋਫੈਸਰ ਅਤੇ ਕਾਫੀ ਸਾਰੇ ਸਟੂਡੈਂਟਸ ਵੀ ਹਾਜ਼ਰ ਸੀ ਅਤੇ ਉਹ ਫਿਰ ਪ੍ਰਸ਼ਾਦ ਉਹਨਾਂ ਨੇ ਅਰਦਾਸ ਕੀਤੀ ਪ੍ਰਸ਼ਾਦ ਵੰਡਿਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਵੀ ਇੱਥੋਂ ਉੱਠ ਕੇ ਹੁਣ ਇਹ ਕੰਮ ਆਪਾਂ ਜਾ ਕੇ ਅਕਾਲ ਤਖ਼ਤ ਕਰੀਏ ਅਤੇ ਅਕਾਲ ਤਖ਼ਤ ਜਾ ਕੇ ਵੀ ਐਵੇਂ ਕਿਤੇ ਉਹ ਬਾਈ ਦਾ ਸ਼ਾਇਦ ਉਹ ਗ੍ਰੰਥੀ ਉੱਠ ਕੇ ਚਲੇ ਹੀ ਗਏ ਸੀ ਅਤੇ ਉਹਨਾਂ ਨੇ ਜਾ ਕੇ ਉੱਥੇ ਵੀ ਐਵੇਂ ਅਰਦਾਸ ਪ੍ਰਸ਼ਾਦ ਦਾ ਅਰਦਾਸ ਕੀਤੀ ਅਤੇ ਸੰਗਤ ਵਿੱਚ ਵੰਡਿਆ ਅਤੇ ਉਹ ਜਦੋਂ ਇਹ ਸਾਰਾ ਕੁਝ ਹੋਇਆ ਅਤੇ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹਨਾਂ ਨੂੰ ਜਿਹੜੇ ਗੌਰਮੈਂਟ ਦੇ ਬੰਦੇ ਜਿਹਨਾਂ ਨੂੰ ਅਸੀਂ ਕੱਢਿਆ ਹੈ ਇਹ ਆ ਕੇ ਦੁਬਾਰਾ ਕਾਬਜ਼ ਹੋਣਗੇ ਅਤੇ ਇੱਥੇ ਗੜਬੜ ਹੋਣ ਦਾ ਚਾਂਸ ਹੈਗਾ ਅਤੇ ਉਹਨਾਂ ਨੇ ਕਿਹਾ ਕਿ ਵੀ ਇੱਕ ਜਥਾ ਬਣਾਇਆ ਜਾਏ ਜਿਹੜੇ ਆਪਣੀ ਜਾਨ ਕੁਰਬਾਨ ਕਰਨ ਨੂੰ ਹਾਜ਼ਰ ਨੇ ਅਤੇ ਮੈਂ ਪਹਿਲਾ ਵਾਲੰਟੀਅਰ ਹੈਗਾ ਤਾਂ 18 ਸਿੱਖ ਖੜ੍ਹੇ ਹੋਏ ਅਤੇ ਉਹਨਾਂ ਦਾ ਜਥਾ ਬਣਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਵੀ ਸਾਡਾ ਜਥੇਦਾਰ ਹੋਏਗਾ ਤੇਜਾ ਸਿੰਘ ਪੁੱਚਰ। ਸੋ ਇਨ ਦਾ 20th century ਪਹਿਲੀ ਵਾਰੀ ਕਿਸੇ ਨੇ ਜਥੇਦਾਰ ਦਾ ਨਾਂ ਅਕਾਲ ਤਖ਼ਤ ਨਾਲ ਐਸੋਸੀਏਟ ਕੀਤਾ ਹੈ ਅਤੇ ਉਸ ਵੇਲੇ ਹੋਇਆ ਸੀ ਤੇਜਾ ਸਿੰਘ ਪੁੱਚਰ ਪਰ ਤੇਜਾ ਸਿੰਘ ਪੁੱਚਰ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਸੀ ਉਹ ਜਥੇਦਾਰ ਸੀ ਜਿਹੜਾ ਕਿ ਅਕਾਲ ਤਖ਼ਤ ਨੂੰ ਪ੍ਰੋਟੈਕਟ ਕਰੇਗਾ ਡਿਫੈਂਡ ਕਰੇਗਾ। ਤੋ ਇਹ ਜਦੋਂ ਸਾਰਾ ਹੋ ਰਿਹਾ ਸੀ ਅਤੇ ਇੱਕ ਸਿੱਖ ਆਇਆ ਅਤੇ ਉਹਦਾ ਨਾਮ ਮੈਨੂੰ ਹੁਣ ਯਾਦ ਨਹੀਂ ਅਤੇ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਡਿਪਟੀ ਕਮਿਸ਼ਨਰ ਨੇ ਸੱਦਿਆ ਅਤੇ ਉਹਨਾਂ ਨੇ ਕਿਹਾ ਕਿ ਵੀ ਡਿਪਟੀ ਕਮਿਸ਼ਨਰ ਮੈਨੂੰ ਕੈਦ ਕਰਨਾ ਚਾਹੁੰਦਾ ਅਤੇ ਤੁਸੀਂ ਆ ਕੇ ਕਰ ਲਏ ਅਤੇ ਉਹਨਾਂ ਕਿਹਾ ਨਹੀਂ ਕੈਦ ਨਹੀਂ ਉਹ ਤਾਂ ਤੁਹਾਨੂੰ ਆਪਣਾ ਮੈਨੇਜਮੈਂਟ ਦੇਣਾ ਚਾਹੁੰਦੇ ਨੇ। ਸੋ ਇਹ ਫਿਰ ਸਾਰੇ ਖਾਲਸਾ ਕਾਲਜ ਦੇ ਸਟੂਡੈਂਟ ਪ੍ਰੋਫੈਸਰ ਬਾਕੀ ਸੰਗਤ ਦੇ ਨਾਲ ਡਿਪਟੀ ਕਮਿਸ਼ਨਰ ਦੇ ਘਰ ਚਲੇ ਗਏ ਅਤੇ ਡਿਪਟੀ ਕਮਿਸ਼ਨਰ ਕਿਹਾ ਕਿ ਮੈਂ ਝੱਬਰ ਸਾਹਿਬ ਤੁਹਾਨੂੰ ਅਸੀਂ ਗੁਰਦੁਆਰੇ ਦੀ ਮੈਨੇਜਮੈਂਟ ਦੇਣਾ ਚਾਹੁੰਦੇ ਹਾਂ ਅਤੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਤੁਸੀਂ ਕਿ ਇੱਕ ਕਮੇਟੀ ਬਣਾ ਲਓ ਅਤੇ ਉਹਦੇ ਉਹਨੂੰ ਮੈਨੇਜਮੈਂਟ ਸਾਂਭੀ ਜਾਏਗੀ। ਤੋ 7 ਮੈਂਬਰ ਦੀ ਇਫ ਆਈ ਰਿਮੈਂਬਰ ਰਾਈਟ ਇੱਕ ਕਮੇਟੀ ਬਣਾਈ ਗਈ ਅਤੇ ਉਹ ਵਾਸ ਦੀ ਫੋਰ ਰਨਰ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵਧੀਆ ਦਾ ਮਤਲਬ ਵੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਜਿਹੜਾ 7 ਮੈਂਬਰੀ ਕਮੇਟੀ ਨੇ ਜਿਹੜਾ ਸ਼ੁਰੂ ਕੀਤਾ ਇਹ ਤਕਰੀਬਨ 1920-21 ਦੀ ਗੱਲ ਹੈ ਅਤੇ ਉਸ ਟਾਈਮ ਦੀ ਪਹਿਲੀ ਸ਼ੁਰੂਆਤ ਸੀ ਜਦੋਂ ਉਹ ਪ੍ਰਬੰਧ ਜਿਹੜਾ ਸੀ ਮਹੰਤਾਂ ਦੇ ਹੱਥੋਂ ਨਿਕਲ ਕੇ ਇੱਕ ਸਮੂਹਿਕ ਤੌਰ 'ਤੇ ਲੋਕਾਂ ਦੀ ਚੁਣੀ ਕਮੇਟੀ ਜਿਹੜੀ ਸਰਦਾਰ ਕਰਤਾਰ ਸਿੰਘ ਝੱਬਰ ਸਰਦਾਰ ਤੇਜਾ ਸਿੰਘ ਝੱਬਰ ਇਹਨਾਂ ਦੇ ਸਾਥੀਆਂ ਨੇ ਜਿਹੜੀ ਕਾਇਮ ਕੀਤੀ ਸੀ ਉਹਦੇ ਰਾਹੀਂ ਇਹ ਪੰਥ ਦੇ ਹਿੱਸੇ ਆਈ ਜਿੱਥੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਕਹਿ ਸਕਦੇ ਹਾਂ ਉਹਦੀ ਸ਼ੁਰੂਆਤ ਸੀ। ਪਰ ਉਹ ਜਿਹੜੀ ਕਮੇਟੀ ਸੀ ਲੋਕਲੀ ਸੀ ਇਟ ਵਾਜ ਨਾਟ ਕਿ ਸਾਰੇ ਕੰਟਰੀ ਵਿੱਚ ਪੈਦਾ ਕਰਨਗੇ ਕਿਉਂਕਿ ਬਾਕੀ ਜਗ੍ਹਾ ਮਹੰਤਾਂ ਦੇ ਕਬਜ਼ੇ ਸੀ ਅੰਗਰੇਜ਼ਾਂ ਦੀ ਮੈਨੇਜਮੈਂਟ ਨਹੀਂ ਸੀ ਡਾਇਰੈਕਟਲੀ
तो इसलिए वो कमेटी इस तरह शुरू हुई सी। तो इन द मेन टाइम उन्होंने कहा कि भाई असी दो चार महीने बाद सारी संगत इकट्ठी होएगी अमृतसर, तो उत्थे हर जिले के लोग नॉमीनेट किए जाएंगे तो कमेटी वड्डी बनाई जाएगी। तो इस दौरान में महाराज भुपिंदर सिंह पटियाले के जड़े सी उन्होंने एक 36 मैंबर कमेटी बना दी, क्योंकि वह गवर्नमेंट के नाल काम करते सी। तो इसलिए फिर जी बाकी संगत सी उन्होंने जी लीडरशिप सी उन्होंने तो डिस्कशन हो गई, डिवाइड हो गया कि एक कमेटी जी भुपिंदर सिंह पहले इन छड़िए कट्टिए तो फिर नवी बनाइए। तो उन्होंने मेरे बापू जी ने कहा कि भी उन्होंने बजाय लड़न दे 36 मैंबर ला उन्हें भी कट्ठे कर लिए तो बाकी आप नॉमीनेट कर लेंगे। तो इस तरह श्रोमणी कमेटी शुरू हुई। तो दिस वॉज इन एक्चुअली 1921 तो जोड़ा सिख गुरद्वारा एक्ट है ये 1925 बाद बनया। मतलब ये किड्डी वड्डी गल सी कि उस टाइम ते मजहबी सिख जिन्हां साडे सिखां नहीं उन्हां अपने नाल दूर कीता सी ते इदां दे हालात इन्हां दे दसण अनुसार उस टाइम ते पैदा किए गए सी कि उन्हां दा प्रसाद भी जिहड़ा दरबार साहब दे उपर वह जिहड़ा सी प्राप्त नहीं सी कीता जा रहा, उन्हों मतलब जिहड़ा सी प्रवान नहीं सी कीता जा रहा। ते किड्डी वड्डी सोच सी इन्हां दे बजुर्गां दी जिन्हां ने उस टाइम ते आप अगे हो के मतलब भावें वह मजहबी सिखां चों नहीं सी पर एक गुरु गोबिंद सिंह महाराज का अमृत का बाटा लिया होने करके उस जिहड़ा है अमृत पान किया होने करके वह जिहड़ा सी उन्होंने अपने भरा समझ के पहला श्री दरबार साहब जाके वो जिहड़ा प्रसाद से प्रवान करवाया। कला प्रवान कराया नहीं, आप भी छकिया बाकियों नूं भी छकाया तो दूसरे जिहड़े उस टाइम पर उत्थे काबिज लोग सी उन्होंने भी मजबूर किया भी नहीं अज तो बाद ये खुल नाल इत्थे आ सकते हैं। फिर उस तो नाल ही मतलब जिहड़ा अकाल तख्त साहब ते जाके वो सारा जिहड़ा सीगा प्रसाद जिहड़ा सी सारा मतलब एक दूजे च वरताया। तो यह किड्डी वड्डी सोच सी कि उस टाइम पर जेकर अंग्रेज सरकार के किसी लोगों ने अपनी कमेटी को बनाना चाहिए भी इन्हां दे विच पाड़ पा दीए उस गल नूं भी जिहड़ा उहदा निपटारा करदे आ 36 मैंबर जिहड़े अंग्रेज के मतलब हक के बंदे सी उन्हां नूं भी नाल लै के दूसरे साथियों भी नाल लै के भरावां नूं नाल लै के एक वड्डा दायरा जिहड़ा सी श्रोमणी गुरद्वारा प्रबंधक कमेटी का बना के तो उहदे जिहड़े प्रबंध जिहड़े उह शुरू कीते गए। मैं विकसा तुहानूं इह पुछणा चाहुंदा वी तुहाडी इस टाइम ते तुहाडी इस टाइम ते किन्नी उम्र आ? 85 साल। ते तुसीं अपने बापा बापू जी नूं सरदार करतार सिंह ताबा जी नूं मिले भी हो? हाँ बिल्कुल। किन्ना चिर तुसीं इकट्ठे रहे? काफ़ी देर जी, मैं हैगा सी कोई 29 साल का जदों उन्होंने डैथ हुई है। किहड़े साल च डैथ हुई? नवंबर 1962। बड़ी वधिया, 29 साल दे विच बहुत कुछ तुसीं उन्हां दी जिंदगी दा उन्हां दे कोलों सुणिया होए। तो सुणिया ते जो उन्होंने करदे सी जिवें लोकां नूं मिलदे सी जां जिहड़े उन्हां दे विचार सी ओह ते दसदे रहिंदे सी, पर क्योंकि पढ़ाई तों बाद जदों मैं फौज चले गए ਉਹ ਪਿੰਡ ਰਹਿੰਦੇ ਸੀ, ਹੌਲੀ ਹੌਲੀ ਮਿਲਣਾ ਸਾਡਾ ਘੱਟ ਘੱਟ ਹੋ ਗਿਆ ਅਤੇ ਕਦੀ ਕਦਾਈ ਮਿਲਦੇ ਸੀ ਜਦੋਂ ਪਟਿਆਲੇ ਆਉਂਦੇ ਸੀ ਸਾਡੇ ਕੋਲ। ਪਰ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤਰਨ ਤਾਰਨ ਗੁਰਦੁਆਰੇ ਦਾ ਕਬਜ਼ਾ ਲੈਣ ਜਾਣ ਲੱਗੇ ਸੀ ਅਤੇ ਤੇਜਾ ਸਿੰਘ ਭੁੱਚਰ ਦੇ ਪਿਤਾ ਜੀ ਨੇ 50 ਰੁਪਏ ਉਹਨਾਂ ਨੂੰ ਦਿੱਤੇ ਖਰਚ ਲਈ, ਜੱਥੇ 'ਤੇ ਖਰਚ ਲਈ। ਅਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਮਹਿਸੂਸ ਕੀਤੀ ਕਿ ਵੀ ਇੱਥੇ ਮੇਰਾ ਇੱਕ ਜਥਾ ਹੈਗਾ, ਸਾਨੂੰ ਜਗ੍ਹਾ ਜਗ੍ਹਾ ਜਥੇ ਦੀ ਲੋੜ ਪੈਂਦੀ ਹੈ ਅਤੇ ਇੱਕ ਸਟੈਂਡਿੰਗ ਜਥਾ ਹੋਣਾ ਚਾਹੀਦਾ ਜਿਹੜਾ ਕਿ ਇਹੋ ਜਿਹੀ ਸਿਚੁਏਸ਼ਨ ਵਿੱਚ ਰਿਸਪੋਂਡ ਕਰ ਸਕਦਾ। ਅਤੇ ਉਹਨਾਂ ਨੇ ਸੁਜੈਸ਼ਨ ਦਿੱਤੀ ਕਿ ਇੱਕ ਅਕਾਲੀ ਦਲ ਜਥਾ ਹੋਣਾ ਚਾਹੀਦਾ। ਤੋ ਫਿਰ ਉਹ ਅਕਾਲੀ ਦਲ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਇੱਕ ਜਥਾ ਬਣਿਆ, ਫਿਰ ਬਾਅਦ ਵਿੱਚ ਹੌਲੀ ਹੌਲੀ ਪੋਲੀਟੀਕਲ ਪਾਰਟੀ ਬਣ ਗਈ ਬਾਅਦ ਵਿੱਚ, ਖਾਸ ਕਰਕੇ 1947 ਤੋਂ ਬਾਅਦ। ਮਤਲਬ ਜੇ ਅਸੀਂ ਇਹ ਕਹਿ ਲਈਏ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਗਠਨ ਆ ਉਹ ਵੀ ਸਰਦਾਰ ਕਰਤਾਰ ਸਿੰਘ ਝੱਬਰ ਹੋਣਾ ਦੇ ਰਾਹੀਂ ਹੋਇਆ। ਹਾਂਜੀ। ਅਤੇ ਇਹ ਜਿਹੜਾ ਸੀਗਾ ਇਸ ਕਰਕੇ ਬਣਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਕਿ ਜਿਹੜੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਆ ਉਹਦੇ ਵਾਸਤੇ ਕਿਤੇ ਵੀ ਸਾਨੂੰ ਮੈਨੂਅਲ ਫੋਰਸ ਦੀ ਲੋੜ ਪੈ ਜਾਵੇ, ਬੰਦਿਆਂ ਦੀ ਫੋਰਸ ਦੀ ਲੋੜ ਪੈ ਜਾਵੇ ਅਤੇ ਅਸੀਂ ਉਹ ਸਾਡੀ ਜਿਹੜੀ ਤਾਕਤ ਆ ਸਾਡੇ ਕੋਲ ਹੋਵੇ, ਥਾਂ ਥਾਂ ਸਾਡੇ ਕੋਲ ਬੰਦੇ ਹੋਣ। ਇਹ ਹਾਂਜੀ ਬਿਲਕੁਲ ਠੀਕ ਹੈ। ਪਰ ਇਸ ਤੋਂ ਪਹਿਲਾਂ ਔਲ ਇਸ ਹੋਣ ਤੋਂ ਪਹਿਲਾਂ ਕਾਫੀ ਦੇਰ ਪਹਿਲਾਂ 1919 ਵਿੱਚ ਮੇਰੇ ਖਿਆਲ ਹੈ ਉਹਨਾਂ ਨੇ ਅਕਾਲੀ ਦਲ ਖਰਾ ਸੌਦਾ ਬਾਰ ਬਣਾਇਆ ਸੀ ਜਿਹੜਾ ਕਿ ਸ਼ੁਰੂ ਵਿੱਚ ਅਕਾਲੀ ਦਲ ਸੀ, ਜਿਹੜਾ ਉਹਨਾਂ ਦਾ ਆਪਣਾ ਹੀ ਆਈਡੀਆ ਸੀ ਅਤੇ ਉਹਨਾਂ ਨੇ ਕ੍ਰੀਏਟ ਕੀਤਾ ਸੀ। ਉਹ ਵੀ ਜੇ ਬਸਾਬ ਨੇ ਬਣਾਇਆ? ਉਹ ਉਹਨਾਂ ਦਾ ਹੀ ਬਣਾਇਆ ਸੀ। ਪਰ ਇਹ ਇਹ ਜਿਹੜਾ
ਅਕਾਲੀ ਦਲ ਜੀ ਦੀ ਆਪਾਂ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਜਿਹੜੀ ਪਾਰਟੀ ਹੈ ਇਹ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਸੀ, ਉਹ ਜਿਹੜਾ ਉਹਨਾਂ ਨੇ ਅਕਾਲੀ ਦਲ ਬਣਾਇਆ ਸੀ ਉਹਦੇ ਵਿੱਚ ਨਹੀਂ ਮਿਲੇ। ਇਹਨਾਂ ਨੇ ਫਿਰ ਉੱਥੇ ਸ਼੍ਰੀ ਪੰਜਾ ਸਾਹਿਬ ਦਾ ਵੀ ਮਤਲਬ ਕਬਜ਼ਾ ਲਿਆ, ਪੰਜਾ ਸਾਹਿਬ ਦਾ ਕਬਜ਼ਾ ਲਿਆ ਅਤੇ ਉੱਥੇ ਜੋ ਜਾਣ ਲੱਗੇ ਸੀ ਅਤੇ ਇੱਕ ਚਬਾਲ ਬ੍ਰਦਰ ਹੁੰਦੇ ਸੀ, ਆਈ ਥਿੰਕ ਅਮਰ ਸਿੰਘ ਚਬਾਲ ਅਤੇ ਜਸਵੰਤ ਸਿੰਘ ਚਬਾਲ ਇਹ ਨਾਂ ਸੀ ਉਹਨਾਂ ਦੇ, ਉਹ ਕਾਂਗਰਸ ਦੇ ਸਰਕਾਰ ਦਾ ਮੈਂਬਰ ਹੈਗੇ ਸੀ ਅਤੇ ਉਹ ਇਹਨਾਂ ਨੂੰ ਕਹਿੰਦੇ ਨੇ ਵਨ ਆਫ ਦੈਮ ਕਿ ਚੱਬਰ ਸਾਹਿਬ ਇਹ ਤਾਂ ਵੀ ਨਾ ਜਾਓ, ਰਹਿਣ ਦਿਓ ਕਬਜ਼ੇ ਕੁਬਜ਼ੇ, ਕਿ ਗਾਂਧੀ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਆਜ਼ਾਦ ਹੋ ਜਾਵਾਂਗੇ ਤਾਂ ਅਸੀਂ ਸਾਰਾ ਆਪੇ ਕਰ ਲਵਾਂਗੇ। ਤਾਂ ਉਹਨਾਂ ਨੇ ਉਹਨੂੰ ਕਿਹਾ ਵੀ ਗਾਂਧੀ ਅਤੇ ਇਹ ਜਿਹੜੇ ਅੱਜ ਕੱਲ੍ਹ ਦੀ ਗੌਰਮੈਂਟ ਹੈ ਇਹਦੇ ਨਾਲ ਤਾਂ ਸਾਡਾ ਕੋਈ ਧਾਰਮਿਕ ਮਸਲਾ ਨਹੀਂ ਹੈਗਾ, ਪਰ ਜਦੋਂ ਗਾਂਧੀ ਆਏਗਾ ਉਦੋਂ ਇਹ ਨਹੀਂ ਹੋ ਸਕਣਾ। ਅਤੇ ਵੀ ਇੰਨਾ ਦੂਰ ਦੀ ਸੋਚ ਸਕਦੇ ਸੀ ਕਿ ਵੀ ਗਾਂਧੀ ਇਹ ਜਿਹੜੇ ਕੰਮ ਵੀ ਹੁਣ ਹੋ ਜਾਏਗਾ ਬਾਅਦ ਇਹ ਨਹੀਂ ਹੋਣਾ। ਮਤਲਬ ਮੈਂ ਜੋ ਇਹਨਾਂ 'ਤੇ ਕਿਤਾਬ ਲਿਖੀ ਗਈ ਉਹਦੇ 'ਚ ਇਹ ਗੱਲ ਪੜ੍ਹੀ ਹੈ ਵੀ ਉਹਨਾਂ ਨੇ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੇ ਇਹ ਗੱਲ ਕਹੀ ਵੀ ਹੁਣ ਤਾਂ ਇਹ ਜਿਹੜੇ ਅੰਗਰੇਜ਼ਾਂ ਲੋਕਾਂ ਦਾ ਕਬਜ਼ਾ ਹੈਗਾ ਅਤੇ ਕੱਲ੍ਹ ਨੂੰ ਜਦੋਂ ਇਹ ਸਾਡੇ ਹਿੰਦੂ ਲੋਕਾਂ ਦਾ ਕਬਜ਼ਾ ਹੋ ਗਿਆ ਅਤੇ ਇਹਨਾਂ ਦੇ ਕੋਲੋਂ ਛਡਾਉਣਾ ਸਾਨੂੰ ਮੁਸ਼ਕਿਲ ਹੋ ਜਾਣਾ। ਹਾਂਜੀ, ਗਾਂਧੀ ਦਾ ਇਸ਼ਾਰਾ, ਇਹਨਾਂ ਦਾ ਇਸ਼ਾਰਾ ਜਿਹੜਾ ਸੀ, ਹਾਂਜੀ ਬੇਸਿਕਲੀ ਇਹ ਸੀ ਕਿ ਵੀ ਇਹਨਾਂ ਤੋਂ ਕਬਜ਼ਾ ਲੈਣਾ ਔਖਾ ਹੋਇਆ ਕਿਉਂਕਿ ਮਹੰਤ ਸਾਰੇ ਹਿੰਦੂ ਹੈਗੇ ਸੀ। ਹਾਂਜੀ, ਚਲੋ ਉਹ ਵੀ ਜਿਹੜਾ ਪੰਜਾ ਸਾਹਿਬ ਦਾ ਸੀਗਾ ਉਹ ਵੀ ਉਹਦਾ ਕਬਜ਼ਾ ਲੈ ਲਿਆ ਗਿਆ। ਉਸ ਤੋਂ ਬਾਅਦ ਜਿੱਥੋਂ ਜ਼ਿਆਦਾ ਇਹਨਾਂ ਦਾ ਜਿਹੜਾ ਇਹ ਹਾਈਲਾਈਟ ਹੋਇਆ ਉਹ ਹੋਇਆ ਨਨਕਾਣਾ ਸਾਹਿਬ ਦਾ ਸਾਕਾ। ਸੋ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਸੀ ਉਹ ਇਸ ਤਰ੍ਹਾਂ ਸੀ ਕਿ ਵੀ ਨਨਕਾਣਾ ਸਾਹਿਬ ਬਾਕੀ ਗੁਰਦੁਆਰਿਆਂ ਵਾਂਗ ਜਿਉਂ ਸੰਗਤ ਜਾਂਦੀ ਸੀ ਉੱਥੇ ਜਿਹੜਾ ਮਹੰਤ ਹੈਗੇ ਸੀ ਜਿਹੜੇ ਸ਼ਰਾਬ ਆਮ ਸ਼ਰਾਬ ਪੀਂਦੇ ਸੀ, ਕੰਜਰੀਆਂ ਨਚਾਉਂਦੇ ਸੀ, ਗੁਰਦੁਆਰੇ 'ਚ ਬੁੱਤ ਰੱਖੇ ਹੋਏ ਸੀ, ਬੁੱਤਾਂ ਦੀ ਪੂਜਾ ਕਰਦੇ ਸੀ ਅਤੇ ਉਹ ਕੁੜੀਆਂ ਨੂੰ ਉੱਥੋਂ ਜਾਂ ਜਨਾਨੀਆਂ ਨੂੰ ਬਲੈਸ ਕਰਦੇ ਸੀ, ਰੇਪ ਕਰਦੇ ਸੀ। ਅਤੇ ਇਸ ਤਰ੍ਹਾਂ ਹੀ ਉਹਨਾਂ ਨੇ ਇੱਕ ਰੇਲਵੇ ਇੰਜੀਨੀਅਰ ਸੀ ਉਹਨਾਂ ਦੀ ਲੜਕੀ ਨੂੰ ਇਸ ਤਰ੍ਹਾਂ ਕੀਤਾ ਗਿਆ। ਅਤੇ ਜਦੋਂ ਉਹ ਹੋਇਆ ਤਾਂ ਸਾਕਾ ਫਿਰ ਭਾਈ ਲਛਮਣ ਸਿੰਘ ਅਤੇ ਬਾਪੂ ਜੀ ਨੇ ਸੋਚਿਆ